ਕਿਸੇ ਗ੍ਰਾਮ ਵਿੱਚ ਇੱਕ ਕਿਸਾਨ ਰਹਿੰਦਾ ਆ। ਆਪਣਾ ਗੁਜ਼ਾਰਾ ਕਰਨ ਵਾਸਤੇ ਉਹ ਮੱਖਣ ਦੀ ਟਿੱਕੀਆਂ ਬਣਾ ਕੇ ਸ਼ਹਿਰ ਵਿੱਚ ਜਾ ਕੇ ਵੇਚਦਾ ਆ। ਇੱਕ ਦਿਨ ਕਿਸਾਨ ਦੀ ਰਨ ਨੇ ਇੱਕ ਇੱਕ ਕਿਲੋ ਦੀ ਟਿੱਕੀ ਬਣਾਈ ਤੇ ਕਿਸਾਨ ਨੂੰ ਕਿਹਾ, ਇਸ ਨੂੰ ਸ਼ਹਿਰ ਵਿੱਚ ਜਾ ਕੇ ਵੇਚ ਆ। ਤੇ ਕਿਸਾਨ ਨੂੰ ਟਿੱਕੀਆਂ ਲੈ ਕੇ ਸ਼ਹਿਰ ਰਵਾਨਾ ਹੋ ਗਿਆ। ਉਹ ਟਿੱਕੀਆਂ ਇੱਕ ਦੁਕਾਨਦਾਰ ਤੇ ਵੇਚਦਾ ਤੇ ਮਿਲਣੇ ਵਾਲੇ ਪੈਸੇ ਉਸੀ ਦੁਕਾਨਦਾਰ ਸੀ ਕਾਰ ਵਾਸਤੇ ਰਾਸ਼ਨ ਲੈ ਕੇ ਚਲਾ ਜਾਂਦਾ। ਦੋਵਾਂ ਦੇ ਦਰਮਿਆਨ ਕੰਮ ਇਸੀ ਤਰ੍ਹਾਂ ਚੱਲਦਾ ਰਿਹਾ। ਇੱਕ ਦਿਨ ਟਿੱਕੀਆਂ ਰੱਖਦੇ ਹੋਏ ਦੁਕਾਨਦਾਰ ਨੇ ਸੋਚਿਆ, ਕਿਉਂ ਨਾ ਇਸ ਟਿੱਕੀਆਂ ਦਾ ਵਜ਼ਨ ਕਰਕੇ ਚੈੱਕ ਕਰ ਲਵਾਂ। ਜਦੋਂ ਦੁਕਾਨਦਾਰ ਨੇ ਟਿੱਕੀਆਂ ਦਾ ਵਜ਼ਨ ਕੀਤਾ ਤੇ ਉਹ ਹੈਰਾਨ ਰਹਿ ਗਿਆ। ਹਰ ਇੱਕ ਟਿੱਕੀ 900 ਗ੍ਰਾਮ ਦੀ ਆਈ, ਹਰ ਇੱਕ ਟਿੱਕੀ ਦਾ ਵਜ਼ਨ 100 ਗ੍ਰਾਮ ਘੱਟ ਆਇਆ। ਉਸਨੂੰ ਕਿਸਾਨ ਤੇ ਬੜਾ ਗੁੱਸਾ ਆਇਆ। ਝੂਠੇ ਮੱਕਾਰ ਬੇਈਮਾਨ ਆਦਮੀ, ਮੈਂ ਤੈਨੂੰ ਨਾ ਛੋੜ ਸਾਂ। ਅਗਲੇ ਹਫ਼ਤੇ ਕਿਸਾਨ ਟਿੱਕੀਆਂ ਵੇਚਣੇ ਉਸੀ ਦੁਕਾਨ ਤੇ ਗਿਆ ਤੇ ਉਸਨੂੰ ਦੇਖਦੇ ਹੀ ਦੁਕਾਨਦਾਰ ਜ਼ੋਰ ਜ਼ੋਰ ਨਾਲ ਚੀਖਣੇ ਲਗਾ, ਖ਼ਬਰਦਾਰ, ਅਗਰ ਤੈਨੇ ਮੇਰੀ ਦੁਕਾਨ ਵਿੱਚ ਕਦਮ ਵੀ ਰੱਖਾ ਤੇ ਦਫ਼ਾ ਹੋ ਜਾ, ਇਧਰੋਂ ਨਿਕਲ ਜਾ, ਝੂਠਾ ਬੇਈਮਾਨ ਮੱਕਾਰ ਆਦਮੀ ਹੈ ਤੂੰ, ਮੈਂ ਤੇਰੇ ਨਾਲ ਕੋਈ ਕਾਰੋਬਾਰ ਨਹੀਂ ਕਰਨਾ ਚਾਹੁੰਦਾ ਵਾਂ। ਜਿਹੜੀ ਟਿੱਕੀਆਂ ਤੂੰ ਮੇਰੇ ਤੇ ਵੇਚ ਕੇ ਗਿਆ ਹੈ ਉਹ ਸਾਰੀ 1 ਕਿਲੋ ਦੇ ਬਜਾਏ 900 ਗ੍ਰਾਮ ਦੀਆਂ ਹੋਣ, 100 ਗ੍ਰਾਮ ਘੱਟ ਹੋਣ, ਬੇਈਮਾਨ ਆਦਮੀ ਨਿਕਲ ਜਾ ਮੇਰੀ ਦੁਕਾਨ ਸੇ। ਕਿਸਾਨ ਨੇ ਸਾਰੀ ਗੱਲਾਂ ਆਰਾਮ ਨਾਲ ਸੁਣੀਆਂ ਤੇ ਦੁਕਾਨਦਾਰ ਨੂੰ ਕਿਹਾ, ਭਰਾ ਮੇਰੇ, ਅਸੀਂ ਗਰੀਬ ਜ਼ਰੂਰ ਹਾਂ ਮਗਰ ਅਸੀਂ ਬੇਈਮਾਨ ਤੇ ਧੋਖੇਬਾਜ਼ ਨਹੀਂ ਗਿਆ। ਸਾਡੇ ਕੋਲ ਇਤਨੇ ਪੈਸੇ ਨਹੀਂ ਗਏ ਕਿ ਤੋਲੇ ਵਸੇ ਕੰਡਾ ਖਰੀਦ ਸਕਾਂ, ਇਸ ਵਸੇ ਅਸੀਂ ਉਸ 1 ਕਿਲੋ ਚੀਨੀ ਦੇ ਬਰਾਬਰ ਮੱਖਣ ਤੋਲ ਲਿਆ ਜਿਹੜੀ ਮੈਂ ਹਰ ਦਫ਼ਾ ਤੇਰੇ ਕੋਲੋਂ ਲੈ ਕੇ ਜਾਣਾ ਵਾਂ। ਕਿਸਾਨ ਦੀ ਗੱਲ ਸੁਣ ਕੇ ਦੁਕਾਨਦਾਰ ਬੜਾ ਸ਼ਰਮਿੰਦਾ ਹੋਇਆ। ਦੇਖਾ ਬੱਚੋ, ਸਾਨੂੰ ਇਹ ਸਬਕ ਮਿਲਦਾ ਵੇ ਕਿ ਕਿਸੇ ਨੂੰ ਧੋਖਾ ਨਹੀਂ ਦੇਣਾ ਚਾਹੀਦਾ, ਜਿਸ ਤਰ੍ਹਾਂ ਕਰ ਸੋ ਉਸੇ ਤਰ੍ਹਾਂ ਨਾਲ ਉਹ ਸੁਣੇ। ਇਸ ਵਸੇ ਲੋਕਾਂ ਨਾਲ ਇਮਾਨਦਾਰੀ ਦੇ ਨਾਲ ਕੰਮ ਕਰੋ।